जब ही निर्धन देखे ओ नर को शब्दावली किस ढंग नाल वरती है। कंठ दा होर कोई काम नहीं, रस्ता नहीं, गला कंठ एक रस्ता है
मूल विच कुछ भी तुसी पाउंदे हो कि कंठ दे राही गले दे राही अंदर जांदा है। गले विच रुकना नहीं चाहिदा। गले विच रुकना नहीं चाहिदा। जे गले विच ग्राही रुक जाए तो मौत सामने दिसन लगता है। गले विच रुक गई, गलों नहीं लंघी। एक आम वक्त की गल है, गलों नहीं लंघी, अंदर नहीं जा सकी। पानी की घुट गले च कई बार रुक जाती है, ग्राही कई बार रुक जाते हैं। जदों गले विच रुकती है ना, वह सब तो वड्डा खतरा होंदा। गले विच नहीं रुकनी चाहिए। जे मूह विच रह जाए तो कोई हर्ज नहीं। एक ख्याल करो, चबदिया चबादिया मूह तो अगे ना तुरे, बहुता खतरा कोई नहीं। पर जे मूह तो गले तक पहुंच जाए तो गले विच रुक जाए तो बड़ा वड्डा खतरा। हुण जरा ਐਸ਼ਤੁਕ ਨੂੰ ਬਾਬਾ ਕਬੀਰ ਜੀ ਦੇ ਇਸ ਲਫ਼ਜ਼ ਨੂੰ ਦੀ ਵਰਤੋਂ ਨੂੰ ਫਿਰ ਵਿਚਾਰਿਓ। ਤੇ ਜਦੋਂ ਬਹੁਤਾਤ ਵਿੱਚ ਕੋਈ ਚੀਜ਼ ਖਾਈ ਜਾਏ, ਗਲੇ ਵਿੱਚ ਥਾਂ ਨਾ ਹੋਵੇ ਤੇ ਹੋਰ ਪਾਈ ਜਾਏ, ਰੁਕਣੀ। ਹੁਣ ਇੱਥੇ ਬਾਬਾ ਕਬੀਰ ਜੀ ਨੇ ਇੱਕ ਖਿਆਲ ਦਿੱਤਾ। ਕਹਿੰਦੇ ਨੇ ਮੈਂ ਆਪਣੇ ਚੌਗਿਰਦੇ ਚਾਰੋਂ ਤਰਫ ਦੁਨੀਆ ਦਾ, ਕੁਟੰਬ ਦਾ, ਰਿਸ਼ਤੇਦਾਰੀਆਂ ਦਾ, ਮਿੱਤਰਾਂ ਦੋਸਤਾਂ ਦਾ, ਬਰਾਦਰੀ ਦਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦਾ ਇੰਨਾ ਵੱਡਾ ਮੇਲਾ ਲਾ ਲਿਆ ਹੈ ਕਿ ਗਹਿ ਗੱਚ ਭਰ ਗਿਆ। ਬਹੁਤੀ ਭੀੜ ਪੈ ਗਈ, ਪੀੜਾ ਹੋ ਗਈ। ਲਫ਼ਜ਼ ਬੜੇ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਨੇ। ਆਪਾਂ ਬਹੁਤੇ ਇਕੱਠ ਨੂੰ ਵੀ ਭੀੜ ਆਖਦੇ ਹਾਂ ਅਤੇ ਭੀੜ ਦਾ ਮਤਲਬ ਇਹ ਵੀ ਹੁੰਦਾ ਛੋਟਾ ਭੀੜਾ। ਵਰਤੋਂ ਭੀੜੀ ਗਲੀ ਫਈ ਰਾ ਛੋਟਾ ਭੀੜਾ। ਭੀੜ ਬਹੁਤੀ ਹੋ ਜਾਏ ਉਹਦੀ ਨਿਸ਼ਾਨੀ ਵੀ ਇਹ ਹੁੰਦੀ ਹੈ, ਉਦੋਂ ਜਿੰਨੀ ਮਰਜ਼ੀ ਥਾਂ ਹੋਵੇ ਜੇ ਭੀੜ ਬਹੁਤੀ ਹੈ ਤੇ ਇੰਨਾ ਭੀੜਾ ਹੁੰਦਾ ਹੈ ਇੱਕ ਦੂਜੇ ਦੇ ਨਾਲ ਟਕਰਾਈਦਾ, ਬੜੀ ਭੀੜ ਹੈ। ਬਾਬਾ ਕਬੀਰ ਜੀ ਦੀ ਸ਼ਬਦਾਵਲੀ ਕਹਿੰਦੇ ਨੇ ਮੇਰੇ ਜੀਵਨ ਵਿੱਚ ਬੜੀ ਭੀੜ ਪੈ ਗਈ ਹੈ, ਗਿਆ ਗੱਚ ਭੀੜ, ਬੜਾ ਵੱਡਾ ਮੇਲਾ ਬਣ ਗਿਆ ਅੰਦਰ। ਇੰਨੇ ਲੋਕ ਵੱਖ ਵੱਖ ਰੂਪ ਵਿੱਚ ਇਕੱਠੇ ਹੋ ਗਏ ਨੇ, ਕੋਈ ਭੈਣ ਹੈ, ਕੋਈ ਭਰਾ ਹੈ, ਕੋਈ ਮਿੱਤਰ ਹੈ, ਕੋਈ ਗੁਆਂਢੀ ਹੈ, ਪੜੋਸੀ ਹੈ, ਕੋਈ ਆਪਣਾ ਹੈ, ਕੋਈ ਬੇਗਾਨਾ ਹੈ। ਦੁਨੀਆ ਬੜੀ ਵੱਡੀ ਹੈ ਤੇ ਦੁਨੀਆ ਮੇਰੇ ਦੁਆਲੇ ਇਕੱਠੀ ਹੋ ਗਈ। ਮੇਰੀ ਤਾਂ ਦੁਨੀਆ ਹੀ ਆਪਣੀ ਬਣ ਗਈ। ਉਹ ਬੜੀ ਵੱਡੀ ਭੀੜ ਪੈ ਗਈ ਤੇ ਇੱਕ ਖਿਆਲ ਕਰਿਓ, ਭੀੜ ਦੇ ਕੁਛ ਮੁਸ਼ਕਲਤਾਂ ਹੁੰਦੀਆਂ ਨੇ, ਉਹ ਇਹ ਕਿ ਭੀੜ ਵਿੱਚ ਮਨੁੱਖ ਗੁਆਚਦਾ, ਭੀੜ ਵਿੱਚ ਗੁਆਚਦਾ। ਸਿਰਫ ਭੀੜ ਵਿੱਚ ਆਪ ਨਹੀਂ ਗੁਆਚਦਾ, ਉਹਦੇ ਬੋਲ ਗੁਆਚਦੇ ਨੇ। ਭੀੜ ਵਿੱਚ ਬਹੁਤ ਹੀ ਭੀੜ ਹੋਵੇ, ਤੁਸੀਂ ਆਵਾਜ਼ਾਂ ਮਾਰੀ ਜਾਓ, ਬੋਲੀ ਜਾਓ, ਕਿਸੇ ਦੂਜੇ ਨੇ ਤੁਮ ਸੁਣਨਾ ਹੀ ਨਹੀਂ, ਧਿਆਨ ਹੀ ਨਹੀਂ ਦੇਣਾ, ਤੁਹਾਡੀ ਜੋ ਤੁਸੀਂ ਕਹਿ ਰਹੇ ਹੋ ਗੱਲ ਵੀ ਗੁਆਚ ਜਾਂਦੀ, ਉਹਦਾ ਕੋਈ ਮਤਲਬ ਨਹੀਂ। ਕਿਉਂਕਿ ਸਾਰੇ ਹੀ ਬੋਲ ਭੀੜ ਦਾ ਮਤਲਬ ਹੈ ਬਹੁਤਾ ਰੌਲਾ ਰੱਪਾ, ਧੂਮਾ ਧਾਮ, ਬਹੁਤਾ ਰੌਲਾ ਰੱਪਾ। ਜਦੋਂ ਹਰ ਕੋਈ ਬੋਲ ਰਿਹਾ ਹੋਵੇ ਆਪਣੀ ਬੋਲੀ, ਹਰ ਪਾਸੋਂ ਬਹੁਤੀਆਂ ਆਵਾਜ਼ਾਂ ਆਪਣੀ ਆਪਣੀ ਕਿਸਮ ਦੀਆਂ ਆ ਰਹੀਆਂ ਹੋਣ,
ਤੇ ਬਹੁਤੇ ਲੋਕ ਆਪਣੀਆਂ ਆਪਣੀਆਂ ਸ਼ਕਲਾਂ ਦੇ ਇਕੱਠੇ ਹੋਏ ਹੁਣ ਉੱਥੇ ਮਨੁੱਖ ਦਾ ਆਪਾ ਵੀ ਗੁਆਚਦਾ ਹੈ ਆਪਣੇ ਬੋਲ ਵੀ ਗੁਆਚਦੇ ਹੈ ਬੜਾ ਰਸ਼ੀ ਮੈਂ ਤੈਨੂੰ ਬੜੀਆਂ ਆਵਾਜ਼ਾਂ ਮਾਰੀਆਂ ਤੂੰ ਸੁਣਿਆ ਹੀ ਨਹੀਂ ਸੁਣਦਾ ਕਿ ਕੋਈ ਇੱਕ ਆਵਾਜ਼ ਹੋਵੇ ਤਾਂ ਸੁਣੇ ਜਿਨ੍ਹਾਂ ਨੂੰ ਮੈਂ ਆਪਣਾ ਬਣਾ ਆਪਣੇ ਘੇਰੇ ਵਿੱਚ ਲੈ ਚੁੱਕਾ ਕਿਉਂਕਿ ਹਰ ਇੱਕ ਚੀਜ਼ ਭਾਵੇਂ ਚੰਗੀ ਜਾਂ ਮੰਦੀ ਜਿਹਦੇ ਨਾਲ ਆਪਣਾ ਜੁੜ ਜਾਏ ਨਾ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਬਣ ਜਾਏ ਦੁਸ਼ਮਣ ਵੀ ਇੱਕ ਰਿਸ਼ਤਾ ਹੈ ਇਹ ਨਹੀਂ ਕਿ ਮਿੱਤਰ ਦਾ ਰਿਸ਼ਤਾ ਹੈ ਬਲਕਿ ਦੁਸ਼ਮਣ ਦਾ ਰਿਸ਼ਤਾ ਹੋਰ ਮਿੱਤਰ ਨੂੰ ਤੇ ਮਨੁੱਖ ਭੁੱਲ ਜਾਂਦਾ ਹੈ ਦੁਸ਼ਮਣ ਨੂੰ ਤਾਂ ਰਾਤ ਨੂੰ ਵੀ ਤਰ੍ਹਾਂ ਤਰ੍ਹਾਂ ਉੱਠਦਾ ਹੈ ਉਹਨੂੰ ਯਾਦ ਕਰਦਾ ਹੈ ਉਹ ਨਹੀਂ ਭੁੱਲਦਾ ਰਿਸ਼ਤਾ ਮਨੁੱਖ ਆਪਣੇ ਮਿੱਤਰ ਨੂੰ ਵੀ ਕਹਿੰਦਾ ਹੈ ਮੇਰਾ ਮਿੱਤਰ ਹੈ ਉੱਥੇ ਵੀ ਮੇਰਾ ਲਫ਼ਜ਼ ਹੈ ਤੇ ਦੁਸ਼ਮਣ ਬਾਰੇ ਕੀ ਕਹਿੰਦਾ ਇਹ ਮੇਰਾ ਦੁਸ਼ਮਣ ਹੈ ਤੇ ਫਿਰ ਫਰਕ ਕੀ ਹੋਇਆ ਉਹ ਮੇਰਾ ਹੀ ਉਹ ਹੈ ਮੇਰਾ ਹੀ ਉਹ ਮਿੱਤਰ ਨੂੰ ਵੀ ਮੇਰਾ ਕਹਿੰਦੇ ਕਹੀ ਜਾਂਦਾ ਦੁਸ਼ਮਣ ਨੂੰ ਵੀ ਮੇਰਾ ਕਹੀ ਜਾਂਦਾ ਦੋਨੋਂ ਹੀ ਆਪਣੇ ਨੇ ਘੇਰਾ ਤਾਂ ਆਪਣੇ ਦਾ ਆ ਗਿਆ ਉਸ ਘੇਰੇ ਵਿੱਚ ਮਿੱਤਰ ਵੀ ਹੈ ਦੁਸ਼ਮਣ ਵੀ ਹੈ ਆਪਣੇ ਵੀ ਨੇ ਵਿਗਾੜਨੇ ਵੀ ਨੇ ਬੜਾ ਵੱਡਾ ਕੁਟੰਬ ਹੈ ਬੜੀ ਵੱਡੀ ਬਰਾਦਰੀ ਹੈ ਬੜਾ ਵੱਡਾ ਸੰਸਾਰ ਤੇ ਗਹਿ ਗੱਚ ਭਰਿਆ ਹੋਇਆ ਇਹਨੂੰ ਕਦੀ ਘਟਣ ਹੀ ਨਹੀਂ ਦਿੰਦਾ ਜੇ ਇੱਕ ਮਿੱਤਰ ਘਟਦਾ ਦੋ ਹੋਰ ਬਣਾਉਂਦਾ ਕਹਿੰਦਾ ਜਿੰਨੇ ਕਿਸੇ ਦੇ ਮਿੱਤਰ ਜਿੰਨੇ ਕਿਸੇ ਦਾ ਚੁਗਿਰਦਾ ਜ਼ਿਆਦਾ ਹੋਵੇਗਾ ਓਨਾ ਹੀ ਖੁਸ਼ਹਾਲ ਮਨੁੱਖ ਦੇ ਮਨ ਦਾ ਖਿਆਲ ਹੈ ਅਸੀਂ ਇਹ ਸਮਝਦੇ ਹਾਂ ਕਿ ਬਹੁਤੇ ਇਕੱਠ ਚੁਫੇਰੇ ਦੇ ਬਹੁਤੇ ਇਕੱਠ ਨਾਲ ਮੇਰੀ ਖੁਸ਼ੀ ਹੈ ਖੌਰੇ ਮੈਂ ਬੜਾ ਵੱਡਾ ਹੋ ਗਿਆ ਮਨੁੱਖ ਦਾ ਇਸ ਗਹਿ ਗੱਜ ਪਰਿਓ ਕੁਟੰਬ ਕੇ ਗਹਿ ਗੱਜ ਭਰਿਆ ਗਿਆ ਇਹਦਾ ਜੀਵਨ ਹੁਣ ਇੰਨਾ ਕੁਟੰਬ ਇੰਨੀ ਦੁਨੀਆਂ ਚਾਰੋ ਤਰਫ ਇਕੱਠੇ ਹੋ ਇਕੱਠੀ ਹੋ ਗਈ ਕਿ ਉਹਦੇ ਵਿੱਚ ਇਹ ਆਪਾ ਆਪ ਵੀ ਗੁਆ ਬੈਠਾ ਗੁਆਚ ਗਿਆ ਆਪਣੇ ਆਪ ਨੂੰ ਗੁਆ ਬੈਠਾ ਉੱਥੇ ਰੱਬ ਵੀ ਗੁਆਚ ਗਿਆ ਉੱਥੇ ਗੁਰੂ ਵੀ ਗੁਆਚ ਗਿਆ ਪਛਾਣਨਾ ਨਹੀਂ ਬਹੁਤੇ ਨੂੰ ਇਕੱਠੇ ਨੇ ਇੱਥੋਂ ਤੱਕ ਜੇ ਮੈਂ ਕੋਈ ਆਵਾਜ਼ ਦਿੰਦਾ ਤੇ ਮੇਰੀ ਆਵਾਜ਼ ਵੀ ਕੋਈ ਨਹੀਂ ਸੁਣਦਾ ਜੇ ਆਵਾਜ਼ ਦਿੰਦਾ ਤੇ ਕੋਈ ਸੁਣਦਾ ਨਹੀਂ ਕੋਈ ਸਮਝਦਾ ਨਹੀਂ ਕਿਉਂਕਿ ਬਹੁਤੇ ਇਕੱਠ ਵਿੱਚ ਤੇ ਬਹੁਤੇ ਰੌਲੇ ਵਿੱਚ ਕਿਸੇ ਦੀ ਆਵਾਜ਼ ਲਫ਼ਜ਼ ਦੀ ਸਮਝ ਵੀ ਨਹੀਂ ਆਉਂਦੀ ਅੱਜ ਸਾਡੀ ਹਾਲਤ ਇਹ ਇੰਨੀ ਦੁਨੀਆ ਇੰਨਾ ਸੰਸਾਰ ਆਪਣਾ ਅਤੇ ਬੇਗਾਨਾ ਅਸੀਂ ਵਧਾ ਬੈਠੇ ਹਾਂ ਅਤੇ ਸਾਡੇ ਦੁਆਲੇ ਇਕੱਠਾ ਹੋ ਗਿਆ ਕਿ ਸਾਨੂੰ ਆਪਣੇ ਕਹੇ ਹੋਏ ਆਵਾਜ਼ ਦਿੱਤੇ ਹੋਏ ਲਫ਼ਜ਼ ਦੀ ਆਪ ਨੂੰ ਵੀ ਸਮਝ ਨਹੀਂ ਆ ਗਈ ਜਪਜੀ ਸਾਹਿਬ ਪੜ੍ਹੀ ਜਾਂਦੇ ਪਤਾ ਨਹੀਂ ਕੀ ਲਿਖਿਆ ਸਮਝ ਹੀ ਨਹੀਂ ਆਉਂਦੀ ਸੋਦਰ ਪੜ੍ਹੀ ਜਾਂਦੇ ਹਾਂ ਇਹਦੇ ਵਿੱਚ ਕੀ ਲਿਖਿਆ ਕਿਉਂ ਪੜ੍ਹਿਆ ਜਾ ਰਿਹਾ ਹੈ ਸਮਝ ਹੀ ਨਹੀਂ ਆਉਂਦੀ ਕਿਉਂਕਿ ਦੁਨੀਆ ਦਾ ਚੁਗਿਰਦਾ ਇੰਨਾ ਆਪਣਾ ਬੇਗਾਨਾ ਇੰਨਾ ਸੰਸਾਰ ਚੁਗਿਰਦੇ ਦਾ ਫਰਕ ਬਲਕਿ ਇੱਕ ਵਾਰ ਮੈਂ ਸ੍ਰੀ ਅੰਮ੍ਰਿਤਸਰ ਦੀ ਬਣ ਕੇ ਇੱਕ ਲਾਈਨ ਪੜ੍ਹ ਰਿਹਾ ਸਾਂ ਹੈਰਾਨ ਹੋਇਆ ਸਤਿਗੁਰੂ ਨੇ ਇਹ ਗੱਲ ਆਖੀ ਕਹਿੰਦੇ ਕਹਿਣ ਲੱਗੀ ਦਿਲ ਮੈਂ ਜਾਣੂ ਸਭ ਫਿਲਹਾਲਾ ਗੁਰਬਾਣੀ ਦੀ ਲਾਈਨ ਫਿਲਹਾਲ ਦਾ ਮਤਲਬ ਹੁੰਦਾ ਜਿਹੜੀ ਚੀਜ਼ ਹੁਣ ਹੈ ਫਿਲਹਾਲ ਹੁਣੇ ਜਿਹੜੀ ਚੀਜ਼ ਇਸ ਵੇਲੇ ਕਿੱਥੇ ਹੈ ਅਸੀਂ ਕਹਿੰਦੇ ਹਾਂ ਫਿਲਹਾਲ ਮੈਂ ਇੱਥੇ ਹਾਂ
ਤੇ ਜਿਹੜੀ ਚੀਜ਼ ਹੁਣ ਹੈ ਤੇ ਅਗਲੇ ਪਲ ਪਤਾ ਨਹੀਂ ਹੋਣੀ ਹੈ ਕਿ ਨਹੀਂ ਹੋਣੀ ਉਹ ਫਿਲਹਾਲਾਂ ਵਿੱਚ ਹੋਈ ਨਾ ਇਹ ਹੁਣ ਹੈ ਅਗਲੇ ਪਲ ਪਤਾ ਨਹੀਂ ਕਿੱਥੇ ਤੇ ਇਸੇ ਲਈ ਗੁਰਬਾਣੀ ਨੇ ਇੱਕ ਇਸੇ ਫਿਲਹਾਲ ਲਫ਼ਜ਼ ਨੂੰ ਹੋਰ ਸਪਸ਼ਟ ਕੀਤਾ ਕਹਿੰਦੇ ਨੇ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁੱਖ ਤੇਰਾ ਨਾਮ ਜਿੰਨੀ ਦੁਨੀਆ ਦੀ ਚੀਜ਼ ਹੈ ਜਿੰਨੀ ਸੰਸਾਰ ਪ੍ਰਕਿਰਤੀ ਹੈ ਉਹ ਸਾਰੀ ਚੀਜ਼ ਫਿਲਹਾਲ ਵਿੱਚ ਹੈ ਤੇ ਹੁਣ ਹੈ ਅਗਲੇ ਪਲ ਹੋਣੀ ਹੈ ਨਹੀਂ ਹੋਣੀ ਕੀ ਭਰੋਸਾ ਉਹਨੂੰ ਕਹਿੰਦੇ ਨੇ ਫਿਲਹਾਲ ਤੇ ਗੁਰੂ ਕਹਿੰਦੇ ਨੇ ਦੁਨੀਆ ਚੀਜ਼ ਫਿਲਹਾਲ ਸਗਲੇ ਜਿੰਨੀ ਦੁਨੀਆ ਦੀ ਚੀਜ਼ ਹੈ ਭਾਵੇਂ ਉਹ ਰਿਸ਼ਤੇਦਾਰ ਨੇ ਮਿੱਤਰ ਨੇ ਦੋਸਤ ਨੇ ਦੌਲਤ ਹੈ ਰਾਜ ਭਾਗ ਹੈ ਤੰਦਰੁਸਤੀ ਹੈ ਸਰੀਰ ਹੈ ਇਹ ਸਾਰਾ ਕੁਝ ਫਿਲਹਾਲ ਹੈ ਤੂੰ ਮੰਨ ਰਿਹਾ ਠੀਕ ਹੈ ਮੈਂ ਇੱਕ ਵਾਰ ਅਰਜ਼ ਕੀਤੀ ਸੀ ਸੰਸਾਰ ਦੇ ਸੁੱਖ ਛਾਂ ਨੇ ਫਲ ਨੇ ਦਰਖਤ ਦੀਆਂ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਛਾਂ ਇੱਕ ਫਲ ਫਲ ਤਾਂ ਤੁਸੀਂ ਸੰਭਾਲ ਕੇ ਰੱਖ ਲੈਂਦੇ ਹੋ ਦੋ ਚਾਰ ਦਿਨ ਛੇ ਦਿਨ ਖਾ ਸਕਦੇ ਛਾਂ ਨੂੰ ਤਾਂ ਨਹੀਂ ਨਾ ਸੰਭਾਲ ਕੇ ਰੱਖ ਸਕਦੇ ਉਹਨੂੰ ਤਾਂ ਮਾਣ ਸਕਦੇ ਹੋ ਉਹਦੇ ਨਾਲ ਨਾਲ ਤੁਰ ਕੇ ਤੇ ਗੁਰੂ ਕਹਿੰਦਾ ਆਪਣੀ ਰਸਨਾ ਤੋਂ ਸੰਸਾਰ ਜਿਹੜਾ ਹੈ ਉਹ ਇੱਕ ਛਾਂ ਹੈ ਕਿਉਂ ਗੁਰੂ ਨੇ ਵਾਰ ਵਾਰ ਹਰ ਪੱਖ ਤੋਂ ਸਮਝਾਇਆ ਕਹਿੰਦਾ ਬਿਰਖ ਕੀ ਛਾਇਆ ਸਿਉਂ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਬਿਰਖ ਦੀ ਦਰਖਤ ਦੀ ਛਾਂ ਨੂੰ ਕੋਈ ਫੜ ਕੇ ਬਹਿਣਾ ਚਾਹੇ ਆਪਣਾ ਨਿਉਂ ਲਾ ਲਵੇ ਤਾਂ ਉਹ ਪਛਤਾਏਗਾ ਕਿਉਂ ਕਿਉਂਕਿ ਉਸ ਬਿਰਖ ਦੀ ਛਾਂ ਨੇ ਸੂਝ ਦੇ ਰਵਾਨਗੀ ਨਾਲ ਬਦਲਦਾ ਜਾਣਾ ਹੈ ਉੱਥੇ ਰਹਿਣਾ ਨਹੀਂ ਉਹ ਫਿਰ ਹੋਰ ਤੋਂ ਅੱਗੇ ਤੁਰ ਜਾਏਗੀ ਫਿਰ ਹੋਰ ਅੱਗੇ ਤੁਰ ਜਾਏਗੀ ਹੋਰ ਕੁਝ ਸਮਾਂ ਬੀਤਣ ਨਾਲ ਜਦੋਂ ਸੂਰਜ ਛਿਪੇਗਾ ਉਦੋਂ ਛਾਂ ਵੱਖਰੀ ਰਹਿਣੀ ਨਹੀਂ ਇਸ ਲਈ ਭਰਿਆ ਛਾਂ ਨੂੰ ਕਦੀ ਪਕੜਨ ਦੀ ਕੋਸ਼ਿਸ਼ ਨਾ ਕਰ ਮਾਣ ਲੈ ਜੇ ਤੈਨੂੰ ਛਾਂ ਦੀ ਲੋੜ ਹੈ ਸਿਖਰ ਦੁਪਹਿਰ ਹੈ ਤੂੰ ਕਿਸੇ ਦਰਖਤ ਦੀ ਛਾਂ ਬੈਠ ਸਕਣਾ ਪਰ ਮਾਣ ਸਕਣਾ ਫੜ ਨਹੀਂ ਸਕਦਾ ਗੁਰੂ ਨੇ ਆਖਿਆ ਬਿਰਖ ਕੀ ਛਾਇਆ ਸੋ ਰੰਗ ਲਾਵੇ ਓ ਬਿਨਸੈ ਇਸੇ ਤਰ੍ਹਾਂ ਜੋ ਦਿਸ ਹੈ ਜੋ ਦਿਸ ਹੈ ਸੋ ਚਾਲਨ ਹਾਰ ਦੁਨੀਆ ਚੀਜ਼ ਫਿਲਹਾਲ ਸਗਲੇ ਜਿਹੜੀ ਚੀਜ਼ ਤੈਨੂੰ ਦਿਸਦੀ ਹੈ ਨਾ ਉਹ ਛਾਂ ਹੈ ਉਹਨੂੰ ਮਾਂ ਰੰਗ ਲਾਉਣ ਦੀ ਉਹਦੇ ਵਿੱਚ ਨਿਉਂ ਲਾਉਣ ਦੀ ਕੋਸ਼ਿਸ਼ ਨਾ ਕਰ ਪਰ ਮੁਸ਼ਕਿਲ ਇਹ ਬਣ ਗਈ ਦੁਨੀਆ ਸੀ ਫਿਲਹਾਲ ਹੁਣ ਰਹਿਣ ਵਾਲੀ ਅਗਲੇ ਪਲ ਦਾ ਭਰੋਸਾ ਨਹੀਂ ਸੀ ਪਰ ਇਸ ਮਨੁੱਖ ਨੇ ਆਪਣਾ ਦਿਲ ਜਿਹਦੇ ਵਿੱਚ ਰੱਬ ਨੂੰ ਬਿਠਾਉਣਾ ਸੀ ਜਿਹਦੇ ਵਿੱਚ ਰੱਬ ਰਹਿੰਦਾ ਸੀ ਗੁਰੂ ਨੇ ਬਾਣੀ ਵਿੱਚ ਆਖਿਆ ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਵਸੀ ਰੱਬ ਇਹ ਆਲੀਏ ਦਿਲ ਵਿੱਚ ਰਹਿੰਦਾ ਮਤ ਸਮਝ ਮਸੀਤ ਵਿੱਚ ਰਹਿੰਦਾ ਗੁਰਦੁਆਰੇ ਵਿੱਚ ਰਹਿੰਦਾ ਠਾਕਰ ਦੁਆਰੇ ਵਿੱਚ ਰਹਿੰਦਾ ਕਹਿਣ ਲੱਗੇ ਨੀ ਦਿਲ ਮੇ ਖੋਜ ਦਿਲੋ ਦਿਲ ਖੋਜੋ ਇਹੀ ਠੌਰ ਨੂੰ ਕੰਮ ਅਸਲ ਟਿਕਾਣਾ ਘਰ ਮੇਰੇ ਰੱਬ ਦਾ ਇਹੋ ਹੀ ਹੈ ਪਰ ਹੋਇਆ ਕਿ ਉਸ ਘਰ ਵਿੱਚ ਇਹਨੇ ਪੁਰ ਕਰ ਦਿੱਤਾ ਗਹਿ ਗਹਿ ਚ ਪਰੇ ਉਹ ਕੁਟੰਬ ਕਹਿ ਜਿੰਨੀਆਂ ਚੀਜ਼ ਫਿਲਹਾਲ ਦਾ ਸੰਸਾਰ ਸੀ ਸਾਰਾ ਹੀ ਇਸ ਦਿਲ ਵਿੱਚ ਲੈ ਆਉਂਦਾ ਰੱਬ ਜੋਗੀ ਥਾਂ ਕਿੱਥੇ ਰੱਬ ਜੋਗੀ ਥਾਂ ਕਿੱਥੇ
ਤੁਸੀਂ ਮੈਂ ਰੋਜ਼ਾਨਾ ਜੀਵਨ ਵਿੱਚੋਂ ਹਮੇਸ਼ਾ ਐਗਜ਼ਾਂਪਲ ਸੋਚਦਾ ਮਨੁੱਖ ਰੋਟੀ ਵੀ ਜ਼ਿਆਦਾ ਖਾ ਲੈਣ ਓਵਰ ਈਟਿੰਗ ਕਰ ਲੈਣ ਜ਼ਿਆਦਾ ਖਾ ਲੈਣ ਅਤੇ ਕਈ ਵਾਰ ਕੋਈ ਆਖੇ ਨਾ ਵੀ ਥੋੜ੍ਹੀ ਜਿਹੀ ਹੋਰ ਖਾ ਲੈ ਆ ਇੱਕ ਫੁੱਲ ਉਹ ਕਹਿੰਦਾ ਨਹੀਂ ਮੈਂ ਤਾਂ ਹੁਣ ਗਲੇ ਤੱਕ ਭਰਿਆ ਗਿਆ ਹੁਣ ਅੰਦਰ ਨਹੀਂ ਜਾਂਦੀ ਹੁਣ ਜਿਹੜੀ ਚੀਜ਼ ਗਲੇ ਤੱਕ ਪਹੁੰਚਣੀ ਅੰਦਰ ਕਿਵੇਂ ਜਾਵੇ ਗਲੇ ਤੋਂ ਲੰਘ ਕੇ ਜਾਣਾ ਹੁਣ ਮੁਸ਼ਕਿਲ ਕਈ ਕਾਠੇ ਲੈ ਗਏ ਆਰਾਮ ਆਲਾ ਕੁਛ ਕਿਉਂ ਅੰਦਰ ਇੰਨਾ ਫਿਲਹਾਲ ਚਲਾ ਗਿਆ ਰੱਬ ਜੋਗੀ ਥਾਂ ਹੀ ਨਹੀਂ ਰਹੀ ਰਾਮ ਜੋਗੀ ਥਾਂ ਹੀ ਨਹੀਂ ਰਹੀ ਉਹ ਗਲੇ ਤੋਂ ਨਹੀਂ ਲੱਗਦਾ ਕੱਠ ਰਹਿ ਗਿਆ ਰਾਮ ਜੈ ਗਜ ਪਰੇ ਉਹ ਕੁਟੰਬ ਕੇ ਹੁਣ ਸਾਨੂੰ ਇਸ ਤੋਂ ਸਹੀ ਸਮਝ ਆ ਜਾਏਗੀ ਸਾਰਾ ਫਿਲਹਾਲਾ ਅੰਦਰ ਚਲਾ ਗਿਆ ਸਾਰਾ ਕੁਟੰਬ ਅੰਦਰ ਚਲਾ ਗਿਆ ਸਾਰੀ ਦੁਨੀਆ ਅੰਦਰ ਚਲੀ ਗਈ ਅੰਦਰ ਹੀ ਕਾਰੋਬਾਰ ਹੋ ਰਹੇ ਨੇ ਕਿਉਂਕਿ ਰਾਤ ਸੁੱਤਿਆਂ ਸੁਪਨੇ ਵਿੱਚ ਵੀ ਆਪਣੇ ਕਾਰੋਬਾਰ ਚ ਟਿਕਿਆ ਹੋਇਆ ਇਹਦਾ ਮਤਲਬ ਅੰਦਰ ਟਿਕ ਗਿਆ ਚਾਹੀਦਾ ਤਾਂ ਇਹ ਸੀ ਨਾ ਜਿਵੇਂ ਬਾਬਾ ਕਬੀਰ ਜੀ ਨੇ ਆਖਿਆ ਕਿ ਵੀ ਸੁਪਨੇ ਹੁਣ ਬਰੜਾਏ ਕਿ ਜੈ ਮੁੱਖ ਨਿਕਸੈ ਰਾਮ ਪਰ ਇੱਥੇ ਸੁਪਨੇ ਵਿੱਚ ਬਰੜਾ ਕੇ ਵੀ ਬਿਜ਼ਨਸ ਦੀਆਂ ਗੱਲਾਂ ਤੁਰੀ ਜਾਂਦਾ ਵਪਾਰ ਦੀਆਂ ਗੱਲਾਂ ਕਿਉਂਕਿ ਅੰਦਰ ਬੈਠਾ ਹੈ ਫਿਲਹਾਲ ਸਗਲੇ ਦੁਨੀਆ ਚੀਜ਼ ਫਿਲਹਾਲ ਸਗਲੇ ਕਹਿਣ ਲੱਗੇ ਦਿਲ ਮੈਂ ਜਾਣੋ ਸਭ ਫਿਲਹਾਲ ਆ ਜਿੰਨਾ ਫਿਲਹਾਲ ਹੈ ਨਾ ਜਿੰਨੀ ਦੁਨੀਆ ਹੈ ਜਿੰਨਾ ਕੁਟੰਬ ਹੈ ਜਿੰਨਾ ਸੰਸਾਰ ਇਹਨੇ ਆਪਣੇ ਚੌਗਿਰਦੇ ਖਿਲਾਰਿਆ ਉਹ ਸਾਰਿਆ ਹੀ ਇਹਦੇ ਅੰਦਰ ਚਲਾ ਗਿਆ ਅੰਦਰੋਂ ਦਾ ਵਸਾ ਹੋ ਗਿਆ ਅੰਦਰ ਟਿਕ ਗਿਆ ਉਹਦੀ ਇੰਨੀ ਭੀੜ ਪੈ ਗਈ ਹੈ ਉੱਥੇ ਆਪਾਂ ਵੀ ਗੁਆਚ ਗਿਆ ਹੁਣ ਉਹ ਆਪੇ ਨੂੰ ਵੀ ਨਹੀਂ ਪਛਾਣਦਾ ਵੀ ਮੈਂ ਕੀ ਹਾਂ ਕਿਉਂ ਆਇਆ ਕਿਸ ਲਈ ਆਇਆ ਮੇਰਾ ਕਾਜ਼ ਕੀ ਕੋਈ ਚੀਜ਼ ਇਹਨੂੰ ਪਛਾਣ ਕਿੱਥੇ ਰਹੇ ਇੰਨੀ ਭੀੜ ਵਿੱਚ ਆਪ ਵੀ ਗੁਆਚ ਗਿਆ ਹੁਣ ਅੱਗੇ ਗੁਰਮਤ ਦੀ ਜੇ ਕੋਈ ਗੱਲ ਗੁਰੂ ਆਵਾਜ਼ ਵੀ ਦਿੰਦਾ ਉਹ ਵੀ ਨਹੀਂ ਸਮਝਦਾ ਕਿਉਂਕਿ ਆਵਾਜ਼ਾਂ ਬਹੁਤੀਆਂ ਨੇ ਅੰਦਰ ਹਰ ਕੋਈ ਆਪਣੀ ਬੋਲੀ ਪਿਆ ਬੋਲਦਾ ਉਹਨਾਂ ਬੋਲੀਆਂ ਵਿੱਚ ਰੱਬ ਦੀ ਗੁਰੂ ਦੀ ਆਵਾਜ਼ ਕੌਣ ਸੁਣੇ ਇਹੋ ਕਾਰਨ ਹੈ ਜੇ ਗੁਰੂ ਬਾਣੀ ਰਾਹੀਂ ਕੋਈ ਆਵਾਜ਼ ਦਿੰਦਾ ਹੈ ਤਾਂ ਇਹਨੂੰ ਸਮਝ ਹੀ ਨਹੀਂ ਆਉਂਦੀ ਫਿਲਹਾਲਾਂ ਦਾ ਇੰਨਾ ਰੌਲਾ ਹੈ ਲਓ ਹੁਣ ਉਸ ਬਾਬਾ ਕਬੀਰ ਜੀ ਦੇ ਸਲੋਕ ਨੂੰ ਦੁਬਾਰਾ ਪੜ੍ਹੋ ਬੜੀ ਆਸਾਨੀ ਨਾਲ ਸਮਝ ਚ ਆ ਜਾਏਗਾ ਬਾਬਾ ਕਬੀਰ ਕਹਿੰਦੇ ਨੇ ਸਾਰੀ ਭੀੜ ਸਮਾ ਕੇ ਦੇਖਾ ਚ ਭਰ ਗਈ ਹੁਣ ਆਰਾਮ ਵੀ ਮੇਰੇ ਗਲੋਂ ਨਹੀਂ ਲੰਘਦਾ ਅੰਦਰ ਜਾਵੇ ਤਾਂ ਆਰਾਮ ਦਾ ਪਤਾ ਲੱਗੇ ਕੰਠੇ ਰਹਿ ਗਏ ਆਰਾਮ ਮੇਰੇ ਕੰਠ ਗਲੇ ਵਿੱਚ ਹੀ ਰੁਕ ਕੇ ਰਹਿ ਹੁਣ ਮੈਂ ਕੇਵਲ ਮੂੰਹ ਤੋਂ ਰਾਮ ਰਾਮ ਕਹਿੰਦਾ ਅੰਦਰ ਤਾਂ ਜਾਂਦਾ ਹੀ ਨਹੀਂ ਕੰਠੀ ਰੁਕਿਆ ਪਿਆ ਅੰਦਰ ਸਾਰਾ ਭਰਿਆ ਪਿਆ ਮਨੁੱਖ ਜੇ ਅੰਦਰ ਥਾਂ ਹੋਵੇ ਤੇ ਚਵਾ ਕੇ ਜਿਚਾਏ ਮੂੰਹ ਨਾਲ ਅੰਦਰ ਲੰਘਾ ਦੇਵੇ ਅੰਦਰ ਤਾਂ ਗੱਡੇ ਗਲੇ ਤੋਂ ਹੀ ਲੰਘਣੇ ਉੱਥੇ ਰੁਕ ਜਾਣੇ ਕਹਿਣ ਲੱਗੇ ਮੇਰੀ ਹਾਲਤ ਇਹ ਹੈ ਅੰਦਰ ਫਿਲਹਾਲ ਐਨੀ ਦੁਨੀਆ ਮੇਰੇ ਅੰਦਰ ਜਾ ਕੇ ਵਸ ਗਈ ਹੈ ਕਿ ਹੁਣ ਮੈਂ ਰਾਮ ਨੂੰ ਅੰਦਰ ਲੰਘਾਉਣਾ ਥਾਂ ਰਾਮ ਅੰਦਰ ਹੀ ਲੰਘਦਾ ਕੰਠ ਤਾਂ ਹੀ ਰੁਕ ਗਿਆ ਮੂੰਹ ਰਾਮ ਰਾਮ ਕਹਿਣਾ ਮੂੰਹ ਵਾਹਿਗੁਰੂ ਵਾਹਿਗੁਰੂ ਕਹਿਣਾ ਅੰਦਰ ਜਾਂਦਾ ਹੀ ਨਹੀਂ ਲੰਘਦਾ ਹੀ ਨਹੀਂ ਕਿਉਂਕਿ ਅੰਦਰ ਬਹੁਤ ਕੁਝ ਬੈਠਾ ਹੈ ਸਾਰਾ ਫਿਲਹਾਲ ਅੰਦਰ ਬੈਠਾ ਸਾਰਾ ਗਹਿ ਗੱਜ ਕੁਟੰਬ ਅੰਦਰ ਬੈਠਾ
ਇਸ ਲਈ ਜਿਹੜਾ ਆਰਾਮ ਕਹਿਣਾ ਨਾ ਉਹ ਮੇਰੇ ਗਲੇ ਤੱਕ ਹੀ ਸੀਮਤ ਹੈ, ਇਸ ਤੋਂ ਅੱਗੇ ਨਹੀਂ ਲੱਗਦਾ। ਹੁਣ ਮੈਂ ਜਿੰਨਾ ਕੁਝ ਬਾਣੀ ਦਾ, ਨਾਮ ਦਾ, ਸਿਮਰਨ ਦਾ, ਦੋ ਦੋ ਚਾਰ ਚਾਰ ਘੰਟੇ ਸਿਮਰਨ ਦੀਆਂ ਗੱਲਾਂ ਕਰਨ ਵਾਲੇ ਹਾਂ, ਗੁਰੂ ਕਹਿੰਦਾ, ਬਾਬਾ ਕਬੀਰ ਕਹਿੰਦਾ ਹੈ, ਕੰਠ ਤੱਕ ਹੀ ਰਹਿ ਗਏ ਹੈ, ਕੰਠ ਹੀ ਰਹਿ ਗਿਆ ਬਰਾ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਕੇ ਗਜ ਪਰਿਓ ਕੁਟੰਬ ਕੇ, ਕਬੀਰ ਕੇ ਗਜ ਪਰਿਓ ਕੁਟੰਬ ਕੇ, ਕਾਠੇ ਰਹਿ ਗਏ ਰਾਮ। ਰੱਬ ਰੁਕ ਗਿਆ ਹੈ, ਗਲੇ ਤੋਂ ਅਗਾਹੀ ਨਹੀਂ ਲੱਗਦਾ, ਗੁਰੂ ਨੇ ਐਵੇਂ ਨਹੀਂ ਆਖ ਦਿੱਤਾ। ਬਾਬਾ ਕਬੀਰ ਜੀ ਨੇ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਗੁਰਪ੍ਰਸਾਦੀ ਰਾਮ ਮਨ ਵਸੇ, ਅੰਦਰ ਜਾਏ ਤਾਂ ਮਨ ਵਸੇ, ਅੰਦਰ ਤਾਂ ਜਾ ਹੀ ਨਹੀਂ ਗਿਆ, ਗਲੇ ਵਿੱਚ ਹੀ ਰੁਕ ਗਿਆ। ਕਹਿੰਦੇ ਮੈਂ ਹੁਣ ਕੀ ਕਰਾਂ, ਕਾਂਠੇ ਰਹਿ ਜਾਓ ਰਾਮ। ਤੇ ਅਗਲੀ ਲਾਈਨ ਅੰਦਰ ਕਹਿਣ ਲੱਗੇ, ਇਸ ਧੂਮਾ ਧਾਮ ਵਿੱਚ, ਇਸ ਗਹਿ ਗੱਜਪਣੇ ਵਿੱਚ, ਇਸ ਭੀੜ ਵਿੱਚ, ਇਹਨਾਂ ਬਹੁਤੀਆਂ ਆਵਾਜ਼ਾਂ ਵਿੱਚ ਹੋਇਆ ਕੀ ਹੈ? ਮੇਰਾ ਜੀਵਨ ਐਵੇਂ ਬੇਅਰਥ ਚਲਾ ਗਿਆ ਹੈ ਤੇ ਮੌਤ ਦੇ ਦਰਵਾਜ਼ੇ ਤੇ ਬੁਢੇਪੇ ਵਿੱਚ ਪਹੁੰਚ ਗਿਆ। ਜੋਬਨ ਪੈ ਬਤੀਤ ਜਰ ਮਲ ਬੈਠ ਗਿਆ, ਯਾਰ ਕਹਿੰਦੇ ਬੁਢੇਪੇ, ਜੋਬਨ ਚਲਾ ਗਿਆ ਤੇ ਜਦ ਬੁਢੇਪਾ ਆ ਗਿਆ। ਇਹ ਮਨ ਨੂੰ ਮੌਤ ਦਾ ਦਰਵਾਜ਼ਾ ਹੈ, ਜਿਸ ਵੇਲੇ ਇਹ ਦਰਵਾਜ਼ੇ ਲੰਘਿਆ ਤੇ ਮੌਤ ਦੀ ਗੋਦ ਵਿੱਚ ਚਲਾ ਜਾਣਾ। ਇਹ ਮੇਰੇ ਮਾਲਿਕ, ਬਸ ਇਸੇ ਧੂਮਾ ਧਾਮ ਵਿੱਚ ਆਏ ਪਰੇ ਧਰਮ ਰਾਜ, ਭਾਵ ਮੌਤ ਦੇ ਦਰਵਾਜ਼ੇ ਤੇ ਪਹੁੰਚ ਗਿਆ। ਇਸੇ ਧੂਮਾ ਧਾਮ ਵਿੱਚ, ਭਾਵ ਇਸ ਰੌਲੇ ਗੌਲੇ ਵਿੱਚ, ਇਸ ਭੀੜ ਭੜੱਕੇ ਵਿੱਚ, ਜਿਹੜਾ ਸੰਸਾਰ ਮੈਂ ਆਪ ਸੇ ਲਿਆ। ਕਹਿਣ ਲੱਗੇ ਧਰਮ ਕਹਿਣ ਲੱਗੇ, ਮੈਂ ਵੀ ਉਸੇ ਵਿੱਚ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜਣ ਨਾਲ। ਗੁਰੂ ਨੇ ਹਰ ਇੱਕ ਗੱਲ ਨੂੰ ਸ਼ਬਦਾਵਲੀ ਦਿੱਤੀ, ਕਹਿੰਦੇ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ। ਦੁਨੀਆਂ ਸੰਸਾਰ ਆਪਣੇ ਆਪਣੇ ਵਾਜੇ, ਆਪਣੇ ਆਪਣੇ ਆਵਾਜ਼ਾਂ ਪਈ ਕੱਢਦੀ, ਤੂੰ ਵੀ ਉਹਦੇ ਵਿੱਚ ਸ਼ਾਮਿਲ ਹੋ ਗਏ, ਉਹ ਵੀ ਵਜਾਈ ਜਾਂਦੀ ਹੈ, ਤੂੰ ਵੀ ਵੱਜ ਰਹੇ ਆ, ਉਹ ਵੀ ਵੱਜ ਰਹੀ। ਪਰ ਅਗਲੀ ਲਾਈਨ ਵਿੱਚ ਕਹਿਣ ਲੱਗੇ, ਸੋਈ ਜੀਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹਨੂੰ ਅੱਲਾ ਆਪਣੇ ਨਾਲ ਜੋੜ ਲੈਂਦਾ ਨਾ, ਉਹ ਜੀਉ ਫਿਰ ਉਹ ਦੁਨੀਆਂ ਦੀ ਵਜਾਈ ਵੱਜਦੀ ਉਸ ਆਵਾਜ਼ਾਂ ਵਿੱਚ ਨਹੀਂ ਵੱਜਦਾ, ਉਹਨਾਂ ਵਾਜਿਆਂ ਵਿੱਚ ਉਹ ਸ਼ਾਮਿਲ ਨਹੀਂ ਹੁੰਦਾ। ਗੁਰਬਾਣੀ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਇੱਕ ਗੱਲ ਸਮਝ ਲੈ, ਇਸ ਧੂਮਾ ਧਾਮ ਬਹੁਤੀਆਂ ਆਵਾਜ਼ਾਂ ਵਿੱਚ ਤੂੰ ਵੀ ਆਪਣੀ ਆਵਾਜ਼ ਦਿੰਦਾ ਦਿੰਦਾ ਜਵਾਨੀ ਤੋਂ ਬੁਢੇਪੇ ਵਿੱਚ ਮੌਤ ਦੇ ਦਰਵਾਜ਼ੇ ਤੇ ਪਹੁੰਚ ਗਿਆ। ਕੀ ਬਣਾ ਦੇ ਆਏ ਪਰੇ ਧਰਮ ਰਾਇਕ ਹੈ ਵਿਚੇ ਧੂਮਾ ਧਾਮ। ਅਗਲੇ ਸਲੋਕ ਤੇ ਆਪ ਕਹਿਣ ਲੱਗੇ, ਸਾਕਤ ਤੇ ਸੋਕਰ ਨੂੰ ਮੁਕਾਬਲੇ ਤੇ ਮੈਂ ਕਿਉਂ ਰੱਖਿਆ? ਸਾਕਤ ਦਾ ਅਰਥ ਕੀ ਹੈ? ਜਿਹੜਾ ਦੁਨੀ ਵਜਾਈ ਵੱਜਦੀ ਨਾਲ ਸ਼ਾਮਿਲ ਹੋ ਜਾਵੇ, ਸਾਕਤ ਦੀ ਪਰਿਭਾਸ਼ਾ ਕੀ ਹੈ? ਗੁਰੂ ਬਾਰ ਬਾਰ ਇਹ ਕਿਉਂ ਆਖਦਾ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਨਾ।
ਗੁਰੂ ਬਾਰ ਬਾਰ ਇਹ ਕਿਉਂ ਆਖਦਾ ਕਿ ਸਾਕਤ ਕੀ ਐਸੀ ਹੈਗੀ ਤੇ ਜੋ ਕੁਛ ਕਰੇ ਸਗਲ ਵਿਪਰੀਤ। ਗੁਰੂ ਇਹ ਕਿਉਂ ਬਾਰ ਬਾਰ ਆਖਦਾ ਹੈ ਸਾਕਤ ਸਿਓ ਮੁੱਖ ਜੋਰੀ ਹੈ ਅੱਧ ਵਿੱਚੋਂ ਟੁੱਟੇ, ਉਹਦੇ ਨਾਲ ਲਿਪਦੀ ਨਹੀਂ। ਕਿਉਂ? ਕਿਉਂਕਿ ਉਹ ਵਫ਼ਾਦਾਰ ਨਹੀਂ। ਕਿਸੇ ਨਾਲ ਮਿੱਤਰਤਾ ਨਿਭਣ ਦਾ ਇੱਕੋ ਇੱਕ ਸਭ ਤੋਂ ਵੱਡਾ ਸਾਧਨ ਹੈ ਕਿ ਵਫ਼ਾਦਾਰ ਹੋਣਾ। ਉਹ ਵਫ਼ਾਦਾਰ ਨਹੀਂ, ਉਹ ਤਾਂ ਗੁਰੂ ਦਾ ਵੀ ਵਫ਼ਾਦਾਰ ਨਹੀਂ, ਉਹ ਤਾਂ ਰੱਬ ਦਾ ਵੀ ਵਫ਼ਾਦਾਰ ਨਹੀਂ। ਤੇਰਾ ਵਫ਼ਾਦਾਰ ਕਿਵੇਂ ਬਣੇਗਾ? ਇਸ ਲਈ ਭਲਿਆ ਉਹਦੀ ਵਫ਼ਾਦਾਰੀ ਤੇ ਕਿਸੇ ਕਿਸਮ ਦਾ ਮਾਣ ਕਰਕੇ ਉਹਦੇ ਨਾਲ ਨਿਉਣਾ ਲਗਾ ਬੈਠੀ। ਸਾਕਤ ਦਾ ਜੀਵਨ ਬੜਾ ਖਤਰਨਾਕ। ਗੁਰਬਾਣੀ ਗੁਰੂ ਕਹਿੰਦੇ ਬਿਰਥੀ ਸਾਕਤ ਕੀ ਆਰ ਜਾ, ਬਿਰਥੀ ਸਾਕਤ ਕੀ ਆਰ ਜਾ, ਸਾਜ ਬਿਨਾ ਤੇ ਓਤ ਸੁਚਾ। ਸਾਜ ਬਿਨਾ ਉਹਦਾ ਸੰਬੰਧ ਬਦਬੂ ਨਾਲ, ਪਰ ਇੱਥੇ ਬਦਬੂ ਦੀ ਗੱਲ ਕਰਨ ਨਾਲ ਇੱਕ ਚੀਜ਼ ਨੂੰ ਹੋਰ ਸਪਸ਼ਟ ਕੀਤਾ। ਉਹ ਕਹਿੰਦੇ ਨੇ ਬਦਬੂ ਬਦਬੂ ਵਿੱਚ ਵੀ ਫਰਕ ਹੈ। ਇੱਕ ਬਦਬੂ ਹੈ ਜਿਹੜੀ ਬਾਹਰ ਹੈ, ਉਹਦੀ ਸਫਾਈ ਹੋ ਸਕਦੀ। ਬਾਹਰ ਬਦਬੂ ਹੈ, ਉਹਦੀ ਸਫਾਈ ਹੋ ਸਕਦੀ ਹੈ, ਫਰਸ਼ ਧੋਤਾ ਜਾ ਸਕਦਾ ਹੈ, ਬਸਤਰ ਧੋਤੇ ਜਾ ਸਕਦੇ ਨੇ। ਤੇ ਜਿਹਦੇ ਅੰਦਰੋਂ ਬਦਬੂ ਆਉਂਦੀ ਹੋਵੇ ਉਹਨੂੰ ਕੀ ਧੋਵੇਗਾ? ਅੰਦਰਲੀ ਬਦਬੂ ਧੋਤੀ ਨਹੀਂ ਜਾ ਸਕਦੀ। ਲੋ ਬਾਬਾ ਕਬੀਰ ਜੀ ਦਾ ਅਗਲਾ ਸਲੋਕ ਜਿਹੜਾ ਹੈ ਇਸ ਸੰਬੰਧੀ ਸਪਸ਼ਟ ਕਰਦਾ ਹੈ। ਕਹਿੰਦਾ ਸਾਕਤ ਤੇ ਸੂਕਰ ਵਿੱਚ ਫਰਕ ਕੀ ਹੈ? ਸੂਕਰ ਤੇ ਸਾਕਤ ਦੋ ਲਫ਼ਜ਼ ਵਰਤੇ ਨੇ। ਸੂਕਰ ਜਿਹੜਾ ਹੈ ਉਹ ਬਾਹਰਲੀ ਗੰਦਗੀ ਨਾਲ ਬਦਬੂ ਨਾਲ ਸੰਬੰਧ ਰੱਖਦਾ ਹੈ, ਰੂੜੀ ਵਿੱਚ ਮੂੰਹ ਮਾਰਦਾ, ਗਲੀਆਂ ਵਿੱਚ ਗੰਦਗੀ ਖੇਤਰੀ ਹੋਈ ਹੈ ਉੱਥੇ ਮੂੰਹ ਮਾਰਦਾ ਬਾਹਰ। ਪਰ ਸਾਕਤ ਜਿਹੜਾ ਹੈ ਉਹਦੇ ਅੰਦਰ ਬਦਬੂ ਹੈ, ਉਹ ਜਦੋਂ ਬੋਲਦਾ ਕੌੜਾ ਬੋਲਦਾ, ਜਿਵੇਂ ਕੋਈ ਬਦਬੂ ਸੁੰਘ ਨਹੀਂ ਸਕਦਾ, ਉਹਦੇ ਨੇੜਿਓਂ ਨਹੀਂ ਲੰਘ ਸਕਦਾ, ਇਵੇਂ ਸਾਕਤ ਦੇ ਬੋਲ ਕੋਈ ਸੁਣ ਨਹੀਂ ਸਕਦਾ। ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ, ਗੁਰੂ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾ। ਮੇਰੇ ਬਾਲਕ, ਮੇਰੇ ਕੰਨਾਂ ਵਿੱਚ ਕਦੀ ਵੀ ਸਾਕਤ ਪੁਰਸ਼ ਦੇ ਬੋਲ ਨਾ ਪੈਣ, ਕਿਉਂਕਿ ਉਹਨਾਂ ਵਿੱਚੋਂ ਬਦਬੂ ਹੋ ਸੀ, ਉਹਨਾਂ ਵਿੱਚੋਂ ਬਦਬੂ। ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਕਿ ਸਾਕਤ ਗੀਤ ਨਾਦ ਧੁਨ ਗਾਵਤ। ਜੇ ਸਾਕਤ ਕੋਈ ਗੀਤ ਗਾ ਰਿਹਾ ਹੋਵੇ ਨਾਦ ਧੁਨ ਗਾ, ਕਿਉਂਕਿ ਉਹਦੇ ਗੀਤਾਂ ਵਿੱਚ ਗੰਦਗੀ ਹੋਏਗੀ, ਵਾਸ਼ਨਾਵਾਂ ਹੋਣਗੀਆਂ, ਬੁਰਾਈਆਂ ਹੋਣਗੀਆਂ, ਤੇ ਉਹ ਅੰਦਰੋਂ ਨਿਕਲਣਗੀਆਂ, ਅੰਦਰ ਦੀਆਂ। ਬਾਹਰਲੀ ਗੰਦਗੀ ਤਾਂ ਸਾਫ ਕੂਕਰ ਸੂਕਰ ਕਰ ਲੈਂਦਾ। ਸੂਕਰ ਦਾ ਕੰਮ ਕੀ ਹੈ? ਗਲੀਆਂ ਵਿੱਚ ਗੰਦਗੀ ਹੈ, ਉਹਨਾਂ ਨੂੰ ਖਾਂਦਾ। ਹਾਲਾਂਕਿ ਉਹ ਗੰਦਗੀ ਨਾਲ ਸੰਬੰਧ ਉਹ ਵੀ ਰੱਖਦਾ, ਪਰ ਉਹ ਬਾਹਰਲੀ ਗੰਦਗੀ ਖਾ ਕੇ ਗਲੀਆਂ ਨੂੰ ਸਾਫ ਕਰ ਰਿਹਾ ਹੈ। ਬਾਬਾ ਕਬੀਰ ਇੱਥੇ ਤੱਕ ਪੁੱਜੇ। ਸਾਕਤ ਤੇ ਸੂਕਰ ਵਾਲਾ ਅਗਲਾ ਸਲੋਕ ਜਿਹੜਾ
ਕਹਿੰਦੇ ਨੇ ਕਬੀਰ ਸਾਕਤ ਤੇ ਸ਼ੁਕਰ ਮਾਰਾ, ਸਾਕਤ ਨਾਲੋਂ ਤਾਂ ਸੂਰ ਚੰਗਾ ਹੈ, ਰਾਖੇ ਅੱਛਾ ਗਾਓ। ਉਹ ਆਪਣੇ ਪਿੰਡ ਦੀ ਸਫਾਈ ਕਰਦਾ ਹੈ, ਗਲੀਆਂ ਵਿੱਚ ਜੇ ਗੰਦਗੀ ਕੋਈ ਪਈ ਹੋਵੇ ਉਹਨੂੰ ਖਾ ਜਾਂਦਾ ਹੈ, ਇਸ ਲਈ ਉਹ ਕਮ ਸੇ ਕਮ ਗਲੀਆਂ ਸਾਫ਼ ਤਾਂ ਹੋ ਜਾਂਦੀਆਂ ਨੇ, ਹੈ ਗੰਦਗੀ ਨਾਲ ਸੰਬੰਧ ਰੱਖਦਾ, ਪਰ ਬਾਹਰਲੀ ਗੰਦਗੀ ਨੂੰ ਖਾ ਕੇ ਰਾਖੇ ਅੱਛਾ ਗਾਓ। ਪਰ ਸਾਕਤ ਵਪਰਾ ਉਹਦੇ ਅੰਦਰ ਗੰਦਗੀ, ਇਸ ਲਈ ਉਹਦੇ ਅੰਦਰ ਦੀ ਬਦਬੂ ਜਿਹੜੀ ਉਹ ਗਲੀਆਂ ਦੀ ਬਦਬੂ ਤਾਂ ਸੂਕਰ ਸਾਫ਼ ਕਰ ਗਿਆ, ਅਤੇ ਜਿਹੜੀ ਅੰਦਰ ਦੀ ਬਦਬੂ ਹੈ ਸਾਕਤ ਦੀ ਉਹ ਕੌਣ ਸਾਫ਼ ਕਰੇ। ਇਸ ਲਈ ਮੇਰੇ ਮੋਹਨ ਸਰਬ ਨੇ ਇਹ ਨਾ ਸੁਣਾ ਹੈ, ਸਾਕਤ ਗੀਤ ਗਾਤ ਧੁਨ ਗਾਵਤ ਬੋਲਤ ਬੋਲ ਅਜਾਇਬ। ਕਬੀਰ ਇੱਥੇ ਵੀ ਇਹੋ ਗੱਲ ਕਹਿਣ ਲੱਗੇ, ਜੇ ਕੋਈ ਸੂਰ ਮਰ ਜਾਏ ਜਿਹੜਾ ਗਲੀ ਵਿੱਚ ਸਫਾਈ ਕਰਦਾ ਹੋਵੇ, ਕਦੇ ਕਿਸੇ ਨੂੰ ਇੰਨੀ ਕੁ ਗੱਲ ਯਾਦ ਆ ਸਕਦੀ ਹੈ ਵੀ ਅੱਜ ਗਲੀ ਵਿੱਚ ਸਫਾਈ ਨਹੀਂ ਕਿਉਂਕਿ ਸੂਰ ਮਰ ਗਿਆ। ਚੰਗਾ ਸੀ ਭਾਵੇਂ ਕਿਹੋ ਜਿਹਾ ਸੀ, ਗਲੀ ਦੀ ਸਫਾਈ ਤਾਂ ਕਰਦਾ ਹੀ ਸੀ ਨਾ, ਬਦਬੂ ਤਾਂ ਹਟ ਜਾਂਦੀ ਸੀ। ਪਰ ਜੇ ਸਾਕਤ ਪੁਰਸ਼ ਜਿਹਦੇ ਅੰਦਰੋਂ ਵਿਕਾਰਾਂ ਦੀ ਵਿਸ਼ਿਆਂ ਦੀ ਬਦਬੂ ਆਉਂਦੀ ਹੈ, ਜੇ ਉਹ ਮਰ ਜਾਏ ਕੋਈ ਉਹਨੂੰ ਯਾਦ ਵੀ ਨਹੀਂ ਕਰਦਾ, ਚੰਗਾ ਵੀ ਨਹੀਂ ਆਖਦਾ, ਮੰਦਾ ਵੀ ਨਹੀਂ ਆਖਦਾ। ਬਾਬਾ ਕਬੀਰ ਜੀ ਇਸ ਲਈ ਖਿਆਲ ਕਰਦੇ ਨੇ ਅਤੇ ਕਹਿੰਦੇ ਨੇ ਭਰਿਓ ਇੱਕ ਖਿਆਲ ਕਰਿਓ, ਕੰਠ ਤੱਕ ਆਰਾਮ ਰਹਿ ਜਾਏ ਅੰਦਰ ਨਾ ਜਾਏ, ਉਹ ਪੁਰਸ਼ ਸਾਕਤ ਹੈ ਅਤੇ ਸਾਕਤ ਉਹ ਹੈ ਜੋ ਸਤਿਗੁਰੂ ਕਹਿੰਦੇ ਨੇ, ਸਾਕਤ ਹਰ ਰਸ ਸਾਧ ਨਾ ਜਾਣਿਆ। ਜਿਉ ਜਿਉ ਚਲੇ ਚੁਭ ਹੈ ਦੁੱਖ ਪਾਵੈ ਜਮ ਕਾਲ ਸਹੇ ਸਿਰ ਡੰਡਾ ਹੈ। ਕਹਿਣ ਲੱਗੇ ਇਸ ਲਈ ਸਾਕਤ ਪੁਰਸ਼ ਉਹ ਹੈ ਜਿਹਦੇ ਅੰਦਰ ਵਿਕਾਰਾਂ ਦੀ ਬਦਬੂ ਹੈ, ਅਤੇ ਵਿਕਾਰਾਂ ਦੀ ਬਦਬੂ ਦੀ ਨਿਸ਼ਾਨੀ ਇਹ ਹੈ ਕਿਉਂਕਿ ਉਹ ਗੁਰੂ ਵਾਲਾ ਨਹੀਂ ਬਣਦਾ, ਗੁਰੂ ਦੇ ਸੰਬੰਧ ਵਿੱਚ ਉਹਦੇ ਨਾਲ ਨੇੜਤਾ ਨਹੀਂ ਪੈਦਾ ਕਰਦਾ। ਇਸ ਲਈ ਭਲਿਆ ਸਾਕਤ ਨਾਲੋਂ ਸੂਰ ਚੰਗਾ ਹੈ। ਬਾਬਾ ਅਗਲੇ ਬਾਬਾ ਕਰੀਬ ਜੀ ਅਗਲੇ ਸਲੋਕ ਵਿੱਚ ਕਹਿੰਦੇ ਨੇ ਕਾ
त्यागनी नहीं, दुनिया विच रहना है, पर दुनिया नू एनी थां अंदर नहीं देनी कि राम कंठ जी रह जाए, दरवाजे ते ही रह जाए, अंदर ही ना जाए, उन्दे कहुंदे जोगी अंदर था ही ना हो। गुरु ने यह मेरी बाणी अंदर आख दिता, कहने लगे रस सोयना रस रूपा कामन रस परमल की वास, रस कोड़े रस रसेजा मंदिर, रस मीठा रस मास। ते अगले पासे कहने लगे इतने रस शरीर के कह घट नाम निवास, एने रस तू अंदर बिठाई बैठा उथे राम किथे जावे, इतने रस शरीर के कह घट नाम निवास। इसलिए रब लई गुरमत लई गुरबाणी की अगवाई लई भी अपने अंदर थां बनाई रख। इन्हां शब्दां नाल फिरदा जा चुका फतेह बुलाओ वाहिगुरु जी का खालसा वाहिगुरु।